ਅੱਖਾਂ ਤੋਂ ਲੱਭਦਾ ਨਹੀਂ ਗਾ ਉਹਨੂੰ, ਇੱਕ ਅੱਖ ਤੋਂ ਲੱਭਦਾ ਤੇ ਇੱਕ ਤੋਂ ਮਾੜਾ ਮੋਟਾ ਲੱਭਦਾ ਵਾ। ਤੇ ਉਹ ਜਦੋਂ ਪੱਠੇ ਲੈਣ ਜਾਂਦੇ ਮੈਂ ਅਸੀਂ ਨਾਲ ਜਾਂਦੇ ਹਾਂ, ਤੇ ਉਹ ਕਈ ਵਾਰੀ ਮੈਂ ਦੱਸਦੀ ਨਹੀਂ ਗਾੜੀ ਮੋਟਰਸਾਈਕਲ ਆਉਣ ਡਿਆ, ਕਦੀ ਰੇੜਾ ਆਉਣ ਡਿਆ ਵਾ, ਕਦੀ ਸਾਈਕਲ ਆਉਣ ਡਿਆ ਵਾ, ਤੇ ਫਿਰ ਰੋਕ ਲੈਂਦੇ ਨੇ ਤੇ ਕਈ ਵਾਰ ਡਿੱਗ ਵੀ ਪੈਂਦੇ ਨੇ। ਮਾਂ ਬਾਪ ਦੀ ਮਮਤਾ ਨੂੰ ਸ਼ਰਮਸਾਰ ਕਰਦੀਆਂ ਕਈ ਉਦਾਹਰਣਾਂ ਦੇਖਣ ਅਤੇ ਸੁਣਨ ਨੂੰ ਮਿਲਦੀਆਂ ਹਨ, ਅਤੇ ਸਾਡੇ ਸਮਾਜ ਵਿੱਚ ਕਈ ਮਾਂ ਬਾਪ ਵਰਗੇ ਅਜਿਹੇ ਦਰਿੰਦੇ ਵੀ ਸੁਣਦੇ ਹਨ ਜੋ ਆਪਣੇ ਸਵਾਰਥ ਲਈ ਆਪਣੇ ਬੱਚਿਆਂ ਨੂੰ ਤੱਕ ਛੱਡ ਦਿੰਦੇ ਹਨ। ਇਸ ਤੋਂ ਚੰਗੇ ਤਾਂ ਉਹ ਬੇਜਵਾਨ ਜਾਨਵਰ ਹਨ ਜੋ ਆਪਣੇ ਬੱਚਿਆਂ ਲਈ ਹਰ ਮੁਸੀਬਤ ਦਾ ਸਾਹਮਣਾ ਕਰਦੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਗੁਰਦਾਸਪੁਰ ਤੋਂ, ਜਿੱਥੇ ਕਿ 3 ਬੇਟੀਆਂ ਅਤੇ 1.5 ਸਾਲ ਦੇ ਬੇਟੇ ਨੂੰ ਛੱਡ ਕੇ ਬੱਚਿਆਂ ਦੀ ਮਾਂ ਬੱਚਿਆਂ ਦੇ ਮਾਮੇ ਦੇ ਨਾਲ ਆਪਣੇ ਪੇਕੇ ਘਰ ਚਲੀ ਜਾਂਦੀ ਹੈ, ਅਤੇ 1 ਸਾਲ ਬੀਤ ਜਾਣ ਦੇ ਬਾਅਦ ਵੀ ਅੱਜ ਤੱਕ ਉਸਦਾ ਕੋਈ ਨਹੀਂ ਪਤਾ ਚੱਲਿਆ। ਕਿਉਂਕਿ ਜਦੋਂ ਬੱਚਿਆਂ ਦੇ ਮਾਮੇ ਨੂੰ ਪੁੱਛਿਆ ਤਾਂ ਉਸਨੇ ਕਿਹਾ ਕਿ ਉਹ ਉਸਨੂੰ ਪਿੰਡ ਵਾਲੀ ਬੱਸ ਵਿੱਚ ਬਿਠਾ ਗਿਆ ਸੀ, ਉਸ ਤੋਂ ਬਾਅਦ ਉਹ ਕਿੱਥੇ ਗਈ ਉਸਨੂੰ ਕੁਝ ਨਹੀਂ ਪਤਾ। ਬੱਚਿਆਂ ਦੇ ਮੁਸੀਬਤ ਦਾ ਪਹਾੜ ਉਸ ਸਮੇਂ ਡਿੱਗ ਗਿਆ ਜਦੋਂ ਸਦਮੇ ਵਿੱਚ ਪਿਤਾ ਵੀ ਚੱਲ ਬਸੇ, ਅਤੇ ਹੁਣ ਬੱਚੇ ਆਪਣੇ ਇੱਕ ਤਾਏ ਦੇ ਨਾਲ ਰਹਿੰਦੇ ਹਨ ਜਿਨ੍ਹਾਂ ਦਾ ਕਿ ਖੁਦ ਦਾ ਬੇਟਾ ਅਪਾਹਿਜ ਹੈ, ਅਤੇ ਉੱਤੋਂ ਤਾਈ ਨੂੰ ਅੱਖਾਂ ਤੋਂ ਕੁਝ ਵੀ ਦਿਖਾਈ ਨਹੀਂ ਦਿੰਦਾ, ਅਤੇ ਤਾਈ ਵੀ ਆਪਣੀ ਬਿਮਾਰੀ ਦੇ ਨਾਲ ਲੜ ਰਹੀ ਹੈ। ਪਰਿਵਾਰ ਦੇ ਇਨ੍ਹਾਂ ਹਾਲਾਤ ਦਰਦਨਾਕ ਹਨ ਕਿ ਦੇਖ ਕੇ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ, ਅਤੇ ਪਰਿਵਾਰ ਦੀ ਦਰਦਨਾਕ ਹਾਲਤ ਉਹਨਾਂ ਦੇ ਅੱਖਾਂ ਦੇ ਹੰਝੂ ਦੱਸ ਰਹੇ ਹਨ ਕਿ ਰਾਤ ਨੂੰ ਰੋਟੀ ਖਾ ਕੇ ਸੌਂਦੇ ਵੀ ਹੋਣਗੇ ਜਾਂ ਭੁੱਖ ਦੇ ਨਾਲ ਹੀ ਲੜ ਕੇ ਸੋ ਜਾਂਦੇ ਨੇ। ਅੱਖਾਂ ਤੋਂ ਲੱਭਦਾ ਨਹੀਂ ਗਾ ਉਹਨੂੰ, ਇੱਕ ਅੱਖ ਤੋਂ ਲੱਭਦਾ ਤੇ ਇੱਕ ਤੋਂ ਮਾੜਾ ਮੋਟਾ ਲੱਭਦਾ ਵਾ। ਤੇ ਉਹ ਜਦੋਂ ਪੱਠੇ ਲੈਣ ਜਾਂਦੇ ਮੈਂ ਅਸੀਂ ਨਾਲ ਜਾਂਦੇ ਹਾਂ, ਤੇ ਉਹ ਕਈ ਵਾਰੀ ਮੈਂ ਦੱਸਦੀ ਨਹੀਂ ਗਾੜੀ ਮੋਟਰਸਾਈਕਲ ਆਉਣ ਡਿਆ, ਕਦੀ ਰੇੜਾ ਆਉਣ ਡਿਆ ਵਾ, ਕਦੀ ਸਾਈਕਲ ਆਉਣ ਡਿਆ ਵਾ, ਤੇ ਫਿਰ ਰੋਕ ਲੈਂਦੇ ਨੇ ਤੇ ਕਈ ਵਾਰ ਡਿੱਗ ਵੀ ਪੈਂਦੇ ਨੇ, ਜੇ ਨਾ ਕੋਈ ਵੀ ਨਾ ਜਾਏ ਫਿਰ ਕਈ ਵਾਰ ਡਿੱਗ ਵੀ ਪੈਂਦੇ ਨੇ। ਤੇ ਇਹਨਾਂ ਤੈਨੂੰ ਕੀ ਹੋਇਆ, ਮੰਮੀ ਕਿੱਥੇ ਗਈ ਤੁਹਾਡੀ, ਡੈਡੀ ਕਿੱਥੇ ਗਏ? ਮੰਮੀ ਇਹਨਾਂ ਮਾਮਾ ਲੈ ਗਿਆ ਸੀਗਾ, ਤੇ ਡੈਡੀ ਦੀ ਡੈਥ ਹੋ ਗਈ, ਅਸੀਂ 3 ਭੈਣਾਂ ਵਾਂ ਤੇ 1 ਭਰਾ ਵਾ। ਤੇ ਮੰਮੀ ਦੀ ਮੰਮੀ ਨੂੰ ਕਿੱਦਾਂ ਮਾਮੇ ਨੇ ਖੜਿਆ ਸੀ? ਉੱਥੇ ਗੁਰਦੁਆਰੇ ਕੀ ਕਹਿੰਦੀ, ਕਹਿੰਦੀ ਗੁਰਪੁਰ ਹੀ ਪੱਲੇ ਗੁਰਦੁਆਰੇ, ਕਹਿੰਦੀ ਜਾਓ ਤੁਸੀਂ ਗੁਰਦੁਆਰੇ ਨੂੰ ਲੰਗਰ ਛਕ। ਅਸੀਂ ਲੰਗਰ ਛਕਣ ਚਲੇ ਗਏ ਤੇ ਮਾਮਾ ਆਇਆ ਸੀ ਤੇ ਮੰਮੀ ਨੂੰ ਲੈ ਗਿਆ ਸੀ। ਫਿਰ ਬਾਅਦ ਚੋਂ ਆਈ ਮੰਮੀ ਦੁਬਾਰਾ? ਨਾ, ਮਾਮਾ ਕਹਿੰਦਾ ਮੈਂ ਉਹਨੂੰ ਬੱਸੇ ਚੜ੍ਹਾਤਾ ਵਾ। ਮਾਮਾ ਆਇਆ ਮਿਲਣ ਕਦੀ? ਨਾ। ਤੇ ਦੁੱਖ ਬੜਾ ਇਹਨਾਂ ਬੱਚਿਆਂ ਦਾ, ਹੁਣ ਅਸੀਂ ਕਰ ਕੱਖ ਨਹੀਂ ਸਕਦੇ, ਇਸੇ ਕਾਰਨ ਮੇਰੇ ਭਰਾ ਦੀ ਵੀ ਡੈਥ ਹੋ ਗਈ ਆ। ਮਤਲਬ ਸੋਚ ਸੋਚ ਕੇ ਲੈਣ ਜਾਂਦਾ ਸੀ, ਉਹ ਦੱਸਦੇ ਨਹੀਂ ਵੀ ਕਿੱਥੇ ਆ ਕਿੱਥੇ ਨਹੀਂ, ਆਖਣਾ ਸਾਨੂੰ ਪਤਾ ਹੀ ਨਹੀਂ, ਉਹਨੇ ਆ ਜਾਣਾ। ਅਤੇ 2 ਕੁ ਗੱਲਾਂ ਉਹਨੇ ਪਿੰਡ 'ਚ ਸੁਣੀਆਂ, ਭਾਈ ਇਹਨੇ ਖੁਰੇ ਪੈਸੇ ਵੱਟ ਲਏ ਨੇ, ਉਹਨੇ ਦਿਲ 'ਤੇ ਆਣ ਕੇ ਗੱਲ ਲਾ ਲਈ, ਉਹਨੂੰ ਮੁੜ ਕੇ ਸਿਰੋਂ ਅਟੈਕ ਹੋਇਆ, ਉਹਨਾਂ ਦੀ ਡੈਥ ਹੋ ਗਈ ਆ। ਅਤੇ ਬੱਚਿਆਂ ਦਾ ਚਲੋ ਉਹ ਸਾਂਭ ਸੰਭਾਲਾ ਕਰਦੇ ਸੀ, ਬੜਾ ਵਧੀਆ ਆਪਣੇ ਬੱਚੇ ਸਾਂਭਦੇ ਸੀ, ਪਹਿਲਾਂ ਚੱਲ ਗੱਡੀ ਗੁੱਡੀ ਚਲਾਉਂਦਾ ਸੀ ਅਤੇ ਜਦੋਂ ਦੀ ਇਹ ਚਲੀ ਗਈ ਉਹ ਘਰੇ ਸੀ, ਅਤੇ ਨਹੀਂ ਉਹਦੇ ਕੋਲ ਜਾਇਆ ਜਾਂਦਾ ਬੱਚੇ ਸਾਂਭਦਾ ਕਿ ਜਾਂ ਗੱਡੀ 'ਤੇ ਜਾਂਦਾ। ਅਤੇ ਮੈਂ ਇਸ ਤਰ੍ਹਾਂ ਹੀ ਉਹਦੀ ਮੱਤ ਮੁੱਤ ਕਰਦਿਆਂ ਰਹਿਣਾ, ਕੋਈ ਸੌਦਾ ਦੇ ਜਾਣਾ ਜਿਸ ਤਰ੍ਹਾਂ ਬੱਚੇ ਸਾਹਮਣੇ, ਕੋਈ ਥੋੜ੍ਹ ਬਹੁਤ ਜੋ ਮੇਰੇ ਕੋਲ ਸਰਨਾ ਅਤੇ ਕਰਦੀ ਰਹੀ ਮੈਂ। ਅਤੇ ਖੀਰ ਦੀ ਬਾਕੀ ਚਲੋ ਉਹਦੀ ਡੈਥ ਹੋ ਗਈ, ਅਤੇ ਹੁਣ ਵੀ ਇਹਨਾਂ ਬੱਚਿਆਂ ਨੂੰ ਆਈਦਾ 5-7 ਦਿਨੀ ਨਵਾਲ ਧਵਾਲ ਜਾਈਦਾ, ਕੋਈ ਸੌਦਾ ਦੇ ਜਾਈਦਾ ਵਾ, ਕੁਝ ਦੁੱਖ ਆ ਆਣ ਕੇ ਵੇਖੀਦਾ। ਫਿਰ ਘਰ ਜਾ ਕੇ ਬੜੀ ਟੈਨਸ਼ਨ ਲੈਂਦੀ ਹਾਂ ਵੀ ਕੀ ਬਣੇਗਾ। ਅਤੇ ਬਾਕੀ ਇਹਨਾਂ ਦੀ ਮਦਦ ਕਿਸੇ ਨਹੀਂ ਕੀਤੀ ਅੱਜ ਸੀ, ਤਾਂ ਵੀ ਕੋਈ ਮਦਦ ਦੀ ਲੋੜ ਹੈ ਇਹਨਾਂ ਬੱਚਿਆਂ ਨੂੰ। ਅਤੇ ਤੁਸੀਂ ਘਰ ਦੀ ਬਾਕੀ ਹਾਲਾਤ ਵੇਖ ਹੀ ਲਏ ਆ ਵੀ ਕਿੱਡੇ ਘਰ ਦੇ ਹਾਲਾਤ ਮਾੜੇ ਨੇ। ਅਤੇ ਬਾਕੀ ਇਹ ਵੱਡੇ ਵੀਰ ਜੀ ਦਾ ਵੀ ਬੱਚਾ ਜਿਹੜਾ ਇਹ ਵੀ ਮੰਜੀ 'ਤੇ ਆ, ਅਤੇ 5 ਬੱਚੇ ਨੇ, ਅਤੇ ਆਪ ਵੀ ਇੱਦਾਂ ਅੱਖਾਂ ਤੂੰ ਨੇ ਮਤਲਬ ਨਿਗਾਹ, ਚਲੋ ਜੇ ਆਏ ਇੱਕ ਅੱਖ ਹੀ ਬਣ ਜੇ ਅਤੇ ਇੰਨੇ ਨਾਲ ਹੀ ਚਲੋ ਥੋੜ੍ਹਾ ਬਹੁਤਾ ਇਹ ਤੁਰੇ ਫਿਰਨ ਅਤੇ ਆਸਰਾ ਹੋ ਜੇ ਬੱਚਿਆਂ ਨੂੰ, ਅਤੇ ਕੋਈ ਦਵਾਈ ਦਾਰੂ ਲੈਣ ਜਾਣ, ਮੋਟਰਸਾਈਕਲ ਚਲਾ ਲੈਣ। ਅਤੇ ਹੁਣ ਤਾਂ ਹਾਲਾਤ ਬਹੁਤ ਮਾੜੇ ਆ, ਜੇ ਕਦੋਂ ਇਹਨਾਂ ਦਾ ਬੇਟਾ ਉਹ ਦੂਜਾ ਆਏ ਅਤੇ ਕਿਤੇ ਇਹਨਾਂ ਨੂੰ ਖੜ੍ਹੇ ਅਤੇ ਦਵਾਈ ਦਵਾ ਕੇ ਲਿਆਏ, ਅਤੇ ਉਹ ਵੀ ਹੁਣ ਬਾਹਰ ਥੋੜ੍ਹਾ ਬਹੁਤਾ ਕਰੇ ਅਤੇ ਇਹਨਾਂ ਨੂੰ ਰੋਟੀ ਖਵਾਏ, ਇਹਨਾਂ ਨੇ ਤਾਂ ਰੋਟੀ ਕਿੱਥੋਂ ਖਾਣ ਏ, ਜਿਸ ਤਰ੍ਹਾਂ ਹਾਲਾਤ ਮਾੜੇ, ਆਮਦਨ ਕੋਈ ਹੈ ਨਹੀਂ, ਕੋਈ ਪੈਲੀ ਦਾ ਸਾਧਨ ਨਹੀਂ ਗਾ, ਅਤੇ ਤੁਸੀਂ ਹਾਲਾਤ ਤਾਂ ਵੇਖ ਹੀ ਲਏ ਆ। ਅਤੇ ਬਾਕੀ ਇਹਨਾਂ ਦੀ ਮਦਦ ਹੋਣੀ ਚਾਹੀਦੀ ਹੈ ਇਹਨਾਂ ਬੱਚਿਆਂ ਦੀ, ਜਿੱਥੋਂ ਸੀਤ ਵੀ ਨਾ ਅਤੇ ਮੇਰੀ ਸੁਣਵਾਈ ਹੁੰਦੀ ਗੱਲ ਪਹੁੰਚਦੀ ਆ ਵੀਡੀਓ, ਇਹਨਾਂ ਬੱਚਿਆਂ ਦੀ ਸੁਣਵਾਈ ਹੋਣੀ ਚਾਹੀਦੀ ਆ। ਅਤੇ ਘਰ ਦੀ ਉਹਦੀ ਅੱਗੇ ਵੀ ਚੱਲ ਜਾਂਦੀ ਸੀ ਕਈ ਵਾਰਾਂ, ਕੋਈ ਗੱਲ ਨਹੀਂ ਆ ਜਾਣਾ ਚੱਲ ਜਾਣਾ। ਅਤੇ ਉਹ ਦਿਨ ਗੁਰਪੁਰਬ ਹੀ ਜਿਹੜਾ ਦੱਸਣ ਦੇ ਬੱਚੇ ਪਈ ਅਤੇ ਆਉਂਦੀ ਜਾਓ ਪ੍ਰਸ਼ਾਦਾ ਛਕੋ ਗੁਰਦੁਆਰੇ, ਬੱਚੇ ਗੁਰਦੁਆਰੇ ਚੱਲ ਗਏ ਚਾਰੇ। ਉਹ ਮਗਰੋਂ ਦਾ ਭਰਾ ਆਇਆ 2 ਸੂਟ ਝੋਲੇ 'ਚ ਪਾ ਕੇ ਖੜ੍ਹੇ, ਇੱਥੋਂ ਸਿਉਣ ਵਾਲੇ ਮੈਨੂੰ ਯਾਦ ਹੋਣਾ ਆ, ਮੈਂ ਵਿਆਹ ਗਿੰਦੇ ਦਾ ਮੁੰਡੇ ਸਾਡੇ ਤਾਏ ਦੇ ਮੁੰਡੇ ਦਾ, ਅਤੇ ਮੈਂ ਵਿਆਹ 'ਤੇ ਸਿਉਣੇ ਆ।
ਇਹ ਕਹਿੰਦਾ ਮੈਂ ਜਾਣਾ ਭੂਆ ਕੋਲ, ਕਹੇ ਨਹੀਂ ਮੁੜ ਕੇ ਚੱਲ ਗਈ ਅਤੇ ਉਹ ਉੱਥੇ ਚੱਲ ਗਈ। ਉਹ ਮੁੜ ਕੇ ਛੱਡ ਕੇ ਨਹੀਂ ਗਿਆ, ਸਵੇਰੇ ਆਉਂਦਾ ਬੱਸੇ ਬਾਲਤੀ ਹੈ, ਉਹਨੇ ਪਤਾ ਨਹੀਂ ਕਿੱਥੇ ਚੱਲ ਗਈ ਆ, ਬਾਲਤੀ ਹੈ ਕੀ ਕੀਤਾ, ਰੱਬ ਹੀ ਜਾਣਦਾ ਚਾਹੇ ਉਹ ਜਾਣਦਾ, ਬੜੀ ਵਾਰਾਂ ਗਏ ਹਾਂ ਪਰ ਉਹਨਾਂ ਨਹੀਂ ਕਰਾਈ। ਉਸ ਤੋਂ ਬਾਅਦ 'ਚ ਇਸੇ ਕਾਰਨ ਸਾਡੇ ਭਰਾ ਦੀ ਅਟੈਕ ਦੇ ਨਾਲ ਡੈਥ ਹੋ ਗਈ। ਪਰਿਵਾਰ ਦੀ ਕੋਈ ਜਿੱਦਾਂ ਹੁਣ ਗਰੀਬੀ ਦਾਵਾ ਬੜਾ ਪਰਿਵਾਰ 'ਤੇ, ਕੋਈ ਮਦਦ ਮੁਦ ਹੋਈ ਕੋਈ ਅਜੇ ਤੱਕ? ਨਹੀਂ, ਕੋਈ ਮਤ ਨਹੀਂ ਹੋਈ ਜੀ ਪਿੰਡ ਵੱਲੋਂ, ਬਾਹਰੋਂ ਕਿਸੇ ਨੇ, ਕਿਸੇ ਵੀ ਪਾਰਟੀ ਨੇ, ਕਿਸੇ ਨੇ ਕੋਈ ਜਥੇਬੰਦੀ ਨਹੀਂ, ਕਿਸੇ ਨੇ ਸਾਡੀ ਕੋਈ ਮਤ ਨਹੀਂ ਕੀਤੀ, ਕਿਸੇ ਨੇ 10 ਰੁਪਏ ਦੀ ਮਤ ਨਹੀਂ ਕੀਤੀ, ਕਿਸੇ ਨੇ ਅੱਜ ਤੱਕ ਕੋਈ ਨਹੀਂ ਮਤ। ਕਿੱਦਾਂ ਦੀ ਪੋਜੀਸ਼ਨ ਹੈ ਘਰ ਦੀ ਇਸ ਟਾਈਮ ਤੁਹਾਡੇ ਦੀ? ਬਹੁਤ ਮਾੜੀ ਆ ਜੀ, ਪਹਿਲਾਂ ਤੋਂ ਹੀ ਮਾੜੀ ਆ, ਜਦੋਂ ਵੇਖਣ ਡਏ ਆ ਜੀ ਸਾਡੇ ਕਮਰੇ ਆ, ਅਤੇ ਉਹ ਮੀਂਹ ਭਾਵੇਂ 2 ਦਿਨ ਵੱਧਦਾ ਰਹੇ, ਦਿਹਾੜੀ ਵਰੇ, ਘੰਟਾ ਵਰੇ, ਉਹਨਾਂ ਚਿਰ ਕੋਠੇ 'ਚ ਆਉਂਦੇ ਰਹਿੰਦੇ ਨੇ ਸਾਡੇ ਬਾਲਿਆਂ ਵਾਲੇ, ਕੋਠੇ ਬਹੁਤ ਮਾੜੇ ਨੇ, ਅਤੇ ਬਹੁਤ ਜ਼ਿਆਦਾ ਮੰਡੀਆਂ ਮੁੰਡੀਆਂ ਖੜੀਆਂ ਕਰਕੇ ਨੁਕਰੇ ਨਕਰੇ ਬਹਿ ਕੇ ਟਾਈਮ ਕੱਢ ਛੱਡੀਦਾ। ਆਹ ਮੁੰਡਾ ਕੱਲ੍ਹ ਕਹਿੰਦਾ ਸੀ ਪਾਪਾ ਮੀਂਹ ਨਾ ਆਏ, ਹਨੇਰੀ ਆ ਜੇ, ਬੜਾ ਦੁੱਖ ਆ ਇਹ ਗੱਲ ਦਾ, ਕੋਠੇ 'ਚ ਆਉਂਦੇ ਆ, ਇਹ ਵੀ ਕੁੜੀ ਕਹਿ ਦੇ ਕਿ ਪਾਪਾ ਮੀਂਹ ਨਾ ਆਏ, ਹਨੇਰੀ ਆ ਜੇ। ਕੋਈ ਨਹੀਂ ਬਾਬਾ ਜੀ, ਜਿੱਦਾਂ ਹੁਣ ਚਲੇ ਗਈ ਤੁਹਾਡੀ ਭਰਜਾਈ ਛੋਟੀ, ਅਤੇ ਉਸ ਤੋਂ ਜਾਣ ਤੋਂ ਬਾਅਦ ਤੁਸੀਂ ਕੋਈ ਪੁਲਿਸ ਦੇ ਕੋਈ ਕੰਪਲੇਨ ਦਿੱਤੀ ਹੈ? ਕੀ ਦਿੱਤੀ ਅਸੀਂ ਕੰਪਲੇਨ ਜੀ, ਅਜੇ ਵੀ ਹੁਣ ਥਾਣੇ ਕਿ ਦੇਰ ਹੋਈ ਹੈ ਦਿੱਤਿਆਂ? ਆਹ ਹੁਣ ਮਹੀਨਾ ਕੁ ਹੋਇਆ ਫਿਰ ਦਿੱਤੀ। ਅਤੇ ਕੋਈ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ? ਪੁਲਿਸ ਵੱਲੋਂ ਕੀਤੀ ਕਿ ਉਹਨਾਂ ਨੂੰ ਲਿਆਂਦਾ ਗਿਆ ਪੁਲਿਸ ਨੇ, ਅਤੇ ਉਹਨੇ ਇੱਕੋ ਹੀ ਬਿਆਨ ਰੱਖਿਆ, ਮੈਨੂੰ ਪਤਾ ਹੀ ਨਹੀਂ ਜੀ, ਮੈਨੂੰ ਪਤਾ ਹੀ ਨਹੀਂ ਗਾ, ਇਹੋ ਗੱਲ ਕਹਿੰਦਾ ਅਸੀਂ ਕਹਿੰਦਾ ਦੱਸਦੇ ਤਾਂ ਪਤਾ ਵਾ ਕੀ ਗੱਲ ਆ, ਸਾਨੂੰ ਦੱਸ ਹੀ ਛੱਡੋ, ਨਿਆਣਿਆਂ ਕੋਲ ਆਉਣਾ ਨਹੀਂ ਆਉਣਾ, ਚਲੋ ਸਾਡੇ ਕੋਲ ਜਿੰਨਾ ਕੁ ਚਲੋ ਜੋ ਉਹ ਮਾਲਕ ਦੇ ਉਹਦਾ ਪਾਉਣਾ ਵਾ, ਜਿੱਦਾਂ ਲਿਖੀ ਆ ਮਿਲ ਗਈ, ਕਿਸੇ ਵੇਲੇ ਖਾਲੀ, ਕਿਸੇ ਵੇਲੇ ਕੋਈ ਮਿਲ ਗਿਆ, ਕਿਸੇ ਵੇਲੇ ਨਾ ਮਿਲਿਆ, ਅਤੇ ਕਰਨਾ ਪੈਂਦਾ, ਕੀ ਕਰੀਏ, ਬੜਾ ਔਖਾ ਵਾ। ਬਾਕੀ ਤੁਹਾਨੂੰ ਦੱਸਿਆ ਵੀ ਇੱਕ ਮੇਰਾ ਆਪਣਾ ਬੱਚਾ 28 ਸਾਲ ਦਾ, ਉਹਦਾ ਬੜਾ ਦੁੱਖ ਆ, ਅਤੇ ਇਹ ਇਹਨਾਂ ਦਾ ਉਹ ਵੱਡਾ, ਇਹ ਵੀ ਬੱਚਾ ਆਪਣਾ, ਕੁਝ ਨਾ ਕੁਛ। ਦੁਖੀ ਭੈਣ ਭਰਾਵਾਂ ਦੇ ਮਸੀਹਾ, ਪੰਜਾਬ ਦੇ ਮਸ਼ਹੂਰ ਜੋਤਿਸ਼, 50 ਸਾਲਾਂ ਦਾ ਮਹਾਨ ਤਜਰਬਾ, ਸਵਾਮੀ ਸ਼ੁਕਰਾਚਾਰੀਆ, ਮਾਂ ਕਾਲੀ ਉਪਾਸਕ, ਤਾਂਤਰਿਕ ਵਿਧੀ ਨਾਲ ਪਾਓ 100% ਗਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ, ਪਤੀ ਪਤਨੀ 'ਚ ਝਗੜਾ, ਪ੍ਰੇਮ ਵਿਆਹ 'ਚ ਰੁਕਾਵਟ, ਸੌਧਨ ਦੁਸ਼ਮਣ ਦਾ ਖਾਤਮਾ, ਵਿਦੇਸ਼ 'ਚ ਪੱਕਾ ਹੋਣਾ, ਕੀਤਾ ਕਿਰਾਇਆ, ਗੁਪਤ ਵਸ਼ੀਕਰਨ ਕਰਾਓ, ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਬਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ, ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ, ਸੰਪਰਕ ਕਰੋ 98 729 0 14 31।